ਸ਼ਾਪਿੰਗ ਦੇ ਸ਼ੌਕੀਨਾਂ ਨੂੰ ਮੁਫਤ ਆਫਰਾਂ ਬੜੀਆਂ ਪਾਉਂਦੀਆਂ ਹਨ। ਦੁਕਾਨਦਾਰਾਂ ਵੱਲੋਂ ਵੀ ਆਪਣੇ ਪ੍ਰੋਡਕਟ ਵੇਚਣ ਲਈ ਆਫਰਾਂ ਲਗਾਈਆਂ ਜਾਂਦੀਆਂ ਹਨ, ਪਰ ਕੈਨੇਡਾ ਦੇ ਕੈਲਗਰੀ 'ਚ ਇੱਕ ਦੁਕਾਨਦਾਰ ਵੱਲੋਂ ਆਪਣੇ ਸਟੋਰ 'ਤੇ ਆਫਰ ਲਾਉਣੀ ਮਹਿੰਗੀ ਪੈ ਗਈ। ਅਸਲ ਵਿੱਚ ਕੈਲਗਰੀ ਦੇ ਸੈਡਲ ਰਿਜ ਵਿਖੇ ਨਵੇਂ ਏਸ਼ੀਅਨ ਫੂਡ ਸੈਂਟਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਪਹਿਲੇ 100 ਗਾਹਕਾਂ ਨੂੰ ਪ੍ਰੈਸ਼ਰ ਕੁੱਕਰ ਮੁਫਤ ਦਿੱਤੇ ਜਾਣਗੇ। ਇਸ ਆਫਰ ਦਾ ਫਾਇਦਾ ਲੈਣ ਲਈ ਲੋਕਾਂ ਦੀ ਇੰਨੀ ਜ਼ਿਆਦਾ ਭੀੜ ਲੱਗ ਗਈ ਕਿ ਦੁਕਾਨਦਾਰ ਨੂੰ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਬੁਲਾਉਣੀ ਪਈ। ਇਸ ਭੀੜ ਵਿੱਚ ਬਹੁਤ ਸਾਰੇ ਲੋਕ ਪੰਜਾਬੀ ਸਨ। ਗਰੋਸਰੀ ਸਟੋਰ ਵੱਲੋਂ ਮਿਲੇ ਲੁਭਾਵਨੇ ਆਫਰ ਦੇ ਚੱਕਰ ਵਿੱਚ ਲੋਕ ਕਰੋਨਾ ਸੰਬੰਧੀ ਹਦਾਇਤਾਂ ਅਤੇ ਸਰੀਰਕ ਦੂਰੀ ਬਣਾਉਣਾ ਵੀ ਭੁੱਲ ਗਏ। ਪ੍ਰੈਸ਼ਰ ਕੁੱਕਰ ਲੈਣ ਲਈ ਲੋਕ ਇੰਨੇ ਉਤਾਵਲੇ ਦਿਖਾਈ ਦਿੱਤੇ ਕਿ ਇੱਕ ਦੂਜੇ ਤੋਂ ਅੱਗੇ ਲੰਘਣ ਲਈ ਉਹ ਧੱਕਮ ਧੱਕੀ ਵੀ ਹੋ ਰਹੇ ਸਨ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।